जीरा तो एक दिल दहलाने वाला मामला सामने आया है जिथे एक गरीब परिवार का बच्चा जिसकी उम्र करीब 13 साल सी जो घरों लापता होया सी अते जिसकी मां बाप ते रिश्तेदारा वालों भाल की जा रही थे अज उस बच्चे की लाश खेतों विचों मिली है। इस संबंधी जानकारी दिंदिया परिवार ने दस्या कि उन्हां दी किसे नाल कोई भी दुश्मनी नहीं है। उन्हां दस्या कि जशन 3 भैणां दा इकलौता भरा सी जो कल दा लापता सी ते पुलिस वल्लों उन्हां नूं भरोसा दवाया गया सी कि 24 घंटे विच लड़के नूं लब लिया जाएगा, पर उन्हां नूं इह नहीं पता सी कि उन्हां दा पुत इस तरह लभेगा। उन्हां मंग कीती कि जिन्हां ने भी उन्हां दे पुत्र नाल अजिहा कारा कीता है उन्हां नूं लब के सख्त तों सख्त कार्रवाई की जाए। दूजे पासे मौके ते पहुंची पुलिस वल्लों जांच की जा रही है। इस संबंधी जानकारी दिंदिया SPD गुरमीत सिंह चीमा ने कहा कि परिवारक मेंबरां दे बयानां ते मामला दर्ज किया जा रहा है अते दोषियों नूं जल्द फड के सख्त तों सख्त कार्रवाई की जाएगी। जे न्यूज़ पंजाबी लई जीरा तों सतीश विज दी रिपोर्ट। अहीं कुत्तिआं तरहां गलियां गालियां, सानूं कितें नहीं मुंडा लब्भा। मेरे भरा दा की सोचिआ किसे ने, सानूं कहिंदे 24 घंटिआं च लब्भांगे, 24 घंटिआं बाद गल सुणांगे। साडी हाय ਅਸੀਂ ਬੂਹੇ ਪੱਟੇ ਬਥੇਰੇ, ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਪਈ, ਸਾਨੂੰ ਕੀ ਦੱਸੀਏ। ਅਸੀਂ ਤਾਂ ਦਿਨ ਰਾਤ ਘੰਟਾ ਰੁਕ ਜਾਓ, ਦੋ ਰੁਕ ਜਾਓ, ਅਸੀਂ ਕਿੱਥੇ ਰੁਕ ਗਏ। ਸਾਡਾ ਪੁੱਤ ਘਰੋਂ 3 ਦਿਨ ਹੋ ਗਏ ਗਏ ਨੂੰ, 3 ਦਿਨ ਹੋ ਗਏ ਸਾਨੂੰ ਲੱਭਦੇ ਨੂੰ। ਮੇਰਾ ਭਰਾ ਲੋਕਾਂ ਦੀਆਂ ਪਲੇਟਾਂ ਧੋ ਧੋ ਕੇ ਕਮਾਈ ਕਰ ਕਰ ਪੁੱਤ ਪਾਲਦਾ ਏ। ਇੱਕ ਮੁੰਡਾ ਸੀ, ਇੱਕੋ ਇੱਕ ਕੱਲਾ ਕੱਲਾ ਪੁੱਤ ਸੀ। ਹਾਏ ਕੀ ਸੁਣਿਆ ਸਾਡਾ, ਹਾਏ ਸਾਨੂੰ ਸੁਣਵਾਈ ਦੋ, ਸਾਡਾ ਪੁੱਤ ਕਿੱਥੇ ਆ। ਸਾਨੂੰ 3 ਦਿਨਾਂ ਚ ਕਹਿੰਦੇ ਸੀ ਲੱਭ ਕੇ ਦਵੋ, ਸਾਨੂੰ 24 ਘੰਟਿਆਂ ਚ ਕਹਿੰਦੇ ਸੀ। ਸਾਨੂੰ 24 ਘੰਟਿਆਂ ਚ ਕੀ ਦਿੱਤਾ? ਸਾਨੂੰ 24 ਘੰਟੇ ਜਾ ਦਿੱਤੀ ਇੱਕ, ਅਸੀਂ ਤਾਂ ਅੱਗੇ ਲੁੱਟੇ ਪਏ ਆ। ਹਾਏ ਹਾਏ ਸਾਨੂੰ ਕੀ ਪਤਾ ਕਿਹੜਾ ਕੰਜਰ ਆ। ਜਾਂ ਫੋਨ ਮੰਗਦਾ ਸੀ ਅਸੀਂ ਫੋਨ ਦੇ ਦਿੰਦੇ, ਜਾਂ ਕੋਈ ਪੈਸਾ ਮੰਗਦਾ ਸੀ ਅਸੀਂ ਪੈਸੇ ਦੇ ਦਿੰਦੇ। ਸਾਡੇ ਪੁੱਤ ਨਾ ਇਹ ਹਰਕਤ ਨਾ ਕਰਦੇ, ਸਾਨੂੰ ਸਾਡਾ ਪੁੱਤ ਚਾਹੀਦਾ ਸੀ। ਮੇਰੇ ਭਰਾ ਦੇ ਮੂੰਹ ਵਾਲੇ ਕੀ ਸੋਚਿਆ? ਅੱਜ ਪਤਾ ਲੱਗਾ ਵੀ ਇੱਥੇ ਕਿਸੇ ਨੇ ਦੇਖਿਆ ਸਾਈਕਲ ਤੋਂ, ਅਤੇ ਪਤਾ ਲੱਗਾ ਵੀ ਲਾਸ਼ ਇੱਥੇ। ਜਿਹਨੇ ਵੀ ਕੀਤਾ ਬਹੁਤ ਮਾੜਾ ਕੀਤਾ, ਇੱਥੋਂ ਮਾੜਾ ਕੋਈ ਹੋ ਨਹੀਂ ਸਕਦਾ। ਇੱਕ ਛੋਟਾ ਜਿਹਾ ਮਾਸੂਮ ਬੱਚਾ, 3 ਭੈਣਾਂ ਦਾ ਇੱਕ ਭਰਾ, ਪਿਓ ਗੋਲ ਗੱਪੇ ਦਾ ਕੰਮ ਕਰਦਾ, ਕਿੱਡਾ ਗੰਭੀਰ ਹੋਊਗਾ ਜਿਹੜਾ ਕਿ ਸਮਝ ਨਹੀਂ ਆਉਂਦੀ ਵੀ ਕਿਸ ਗੱਲ ਤੋਂ ਐਡੀ ਵੱਡੀ ਜਿਹੜਾ ਇਲਜ਼ਾਮ ਉਹਨਾਂ ਨੂੰ ਦਿੱਤਾ ਗਿਆ ਵੈ। ਬਹੁਤ ਮੇਰੇ ਕੋਈ ਸ਼ਬਦ ਨਹੀਂ ਜੀ, ਸ਼ਬਦਾਂ ਨਾਲ ਮੈਂ ਹੱਸਦਾ, ਵੇਖ ਕੇ ਮਨ ਐਡਾ ਦੁਖੀ ਹੋਇਆ। ਅਸੀਂ ਪੁਲਿਸ ਪ੍ਰਸ਼ਾਸਨ ਉਸਨੂੰ ਮੈਂ ਜਦੋਂ ਮੈਨੂੰ ਬੇਟੇ ਮੇਰੇ ਨੇ ਦੱਸੀ ਗੱਲ, ਤਾਂ ਉਸੇ ਟਾਈਮ ਮੈਂ ਬਾਹਰ ਸੀਗਾ ਕਿਤੇ, ਉੱਥੋਂ ਹੀ ਵਾਪਸ ਆ ਗਿਆ। ਅਤੇ ਵੈਸੇ ਤਾਂ ਪਰਸੋਂ ਤੋਂ ਹੀ ਅਸੀਂ ਸਾਰੇ ਫੋਨ ਘੁਮਾਈ ਜਾਂਦੇ ਹਾਂ, ਅਫਸਰਾਂ ਤੱਕ ਵੀ ਗੱਲ ਬਚਾਈ ਹੈ, SSP ਨੂੰ, DSP ਸਾਹਿਬ, ਸਾਰੇ ਜਿੰਨੇ ਵੀ ਮੁਲਾਜ਼ਮ ਭੱਜ ਨੱਸ ਕਰੀ ਜਾਂਦੇ ਆ। ਟੀਮ ਲਾਈ ਹੋਈ ਆ ਚਾਰ ਚੁਫੇਰੇ ਸ਼ਹਿਰ ਦੇ। ਇਹਦੇ ਵਿੱਚ ਇਹ ਹੈ ਜੀ, ਜਸਵਿੰਦਰ ਸਿੰਘ ਹੈ ਦਾ ਛੋਟਾ ਨਾਮ, ਜਿਹੜਾ ਨਸ਼ਾ ਹੈ, ਇਹਦੇ ਫਾਦਰ ਚੇਤਨ ਸਿੰਘ ਹੈ। ਇਹ ਜਿਹੜੇ ਆ ਜਿਹੜਾ ਗੋਲ ਗੱਪੇ ਦੀ ਰੇਹੜੀ ਲਾਉਂਦਾ, ਗਰੀਬ ਘਰ ਦਾ ਬੱਚਾ ਹੈ। ਇਹ ਆਪਣੇ 13 ਕੁ ਸਾਲ ਉਮਰ ਇਹਦੀ, ਇਹ 9 ਤਰੀਕ ਤੋਂ ਜਿਹੜਾ ਇਹ ਘਰੋਂ ਗਾਇਬ ਸੀ। ਅਸੀਂ ਇਹਦੇ ਵੀਡੀਓ ਕੈਮਰੇ ਵਗੈਰਾ ਚੈੱਕ ਕਰਦੇ ਰਹੇ, ਅਤੇ ਖੇਡਦਾ ਖੁੱਲਦਾ ਰਿਹਾ ਹੈ। ਬਾਕੀ ਅਸੀਂ ਮੌਕੇ 'ਤੇ ਆਏ ਹਾਂ, ਅਤੇ ਔਰ ਇਹਨੂੰ ਪਰਚਾ ਲੱਗਿਆ, ਅਤੇ ਪਰਚਾ ਦੇ ਕੇ ਇਹਨੂੰ ਟ੍ਰੇਸ ਕਰਾਇਆ ਗਿਆ ਸੀ। ਸਰ ਇੱਕ ਬੱਚੇ ਕੋਲ